कपड़े का कम कर रहे, दुकान है छोटी। वो कहते जी थोड़ा कोई नाम लगे जी, मैं तो दहेड़ी समझता सी, मैं कि यार मित्र ने करता होना फोन जी। ਗਰੀਬਾਂ ਵੀ ਕੱਟੀਆਂ, ਭੁੱਖਾਂ ਤੀਹਾਂ ਵੀ ਕੱਟੀਆਂ, ਬੱਚਿਆਂ ਦਾ ਸਾਰਾ ਵੀ ਦੇਖਣਾ ਪੈਂਦਾ ਗਾ। ਕਹਿੰਦੇ ਜਦੋਂ ਰੱਬ ਦਿੰਦਾ ਤਾਂ ਫਿਰ ਛੱਪੜ ਪਾੜ ਕੇ ਦਿੰਦਾ। ਇੱਕ ਕਹਾਵਤ ਉਦੋਂ ਸੱਚ ਹੋ ਗਈ ਜਦੋਂ ਰਾਮਪੁਰਾ ਫੁਰਲ ਨੇੜਲੇ ਪਿੰਡ ਮਹਿਰਾਜ 'ਚ ਇੱਕ ਵਿਅਕਤੀ ਦੀ 2.5 ਕਰੋੜ ਦੀ ਲਾਟਰੀ ਨਿਕਲੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਕਿਸਮਤ ਇਸ ਤਰ੍ਹਾਂ ਚਮਕੇਗੀ। ਜ਼ਾਹਰ ਜੀ ਗੱਲ ਹੈ ਕਿ ਕਦੇ ਵੀ ਕਿਸੇ ਨੇ ਇੰਨਾ ਵੱਡਾ ਨਹੀਂ ਸੋਚਿਆ ਹੁੰਦਾ ਕਿ ਉਸਨੂੰ ਰੱਬ ਇਸ ਤਰ੍ਹਾਂ ਨਾਲ ਨਵਾਜਣ ਵਾਲਾ। ਕਹਿੰਦੇ ਨੇ ਰੱਬ ਜਦੋਂ ਚਾਹੇ ਤਾਂ ਕਿਸੇ ਨੂੰ ਵੀ ਅਰਸ਼ਾਂ ਤੋਂ ਫਰਸ਼ਾਂ ਤੇ ਜਾਂ ਫਿਰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਦੇ ਦੇਰ ਨਹੀਂ ਲੱਗਦੀ। ਰੋਸ਼ਨ ਸਿੰਘ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੀ ਵਾਪਰਿਆ। ਰੋਸ਼ਨ ਸਿੰਘ ਕੱਪੜੇ ਦਾ ਕੰਮ ਕਰਦਾ ਤੇ ਗਰੀਬੀ ਵਿੱਚ ਹੀ ਦਿਨ ਕੱਟ ਰਿਹਾ। ਉਹਨੇ ਕਿਹਾ ਕਿ ਉਹ 1988 ਤੋਂ ਪਰ ਲਾਟਰੀ ਖਰੀਦ ਰਿਹਾ ਸੀ। ਹੁਣ ਰੱਬ ਨੇ ਉਸਦੀ ਇਸ ਤਰ੍ਹਾਂ ਸੁਣੀ ਸੀ, ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਜਦੋਂ ਉਸਨੂੰ ਫੋਨ ਆਇਆ ਤਾਂ ਉਸਨੂੰ ਇਹ ਸਾਰਾ ਕੁਝ ਮਜ਼ਾਕ ਜਿਹਾ ਜਾਪਦਾ ਸੀ। ਪਰ ਜਦੋਂ ਇਹ ਖਬਰ ਸੱਚ ਨਿਕਲੀ ਤੇ ਲੋਕਾਂ ਦੇ ਵੀ ਕੰਨਾਂ ਤੱਕ ਪਹੁੰਚੀ ਤਾਂ ਉਹਨਾਂ ਦੇ ਘਰ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਜ਼ਾਹਰ ਜੀ ਗੱਲ ਹੈ, ਜੇਕਰ ਕਿਸੇ ਆਮ ਬੰਦੇ ਦੀ ਐਡੀ ਵੱਡੀ ਲਾਟਰੀ ਨਿਕਲਦੀ ਹੈ ਤਾਂ ਸਾਰੇ ਲੋਕਾਂ ਨੂੰ ਇੱਕ ਵਾਰ ਤਾਂ ਉਤਸੁਕਤਾ ਜ਼ਰੂਰ ਹੁੰਦੀ ਹੈ। ਇਸ ਨਾਲ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵੱਲੋਂ ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਹਰਿੰਦਰ ਮਹਿਰਾਜ ਵੀ ਪਹੁੰਚੇ ਤੇ ਉਹਨਾਂ ਨੇ ਰੋਸ਼ਨ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕੀ ਕਿਹਾ, ਆਓ ਸੁਣਦੇ ਹਾਂ। ਬਹੁਤ ਖੁਸ਼ੀ ਹੈ ਜੀ ਤੇ ਸਾਡੇ ਜਿਹੜੇ ਰੋਸ਼ਨ ਲਾਲ ਜੀ ਹੈਗੇ ਆ, ਜਿਹੜੇ ਵਿਸਾਖੀ ਬੰਪਰ ਚ ਇਹਨਾਂ ਨੇ 2.5 ਕਰੋੜ ਦਾ ਫਸਟ ਪ੍ਰਾਈਜ਼ ਜਿੱਤਿਆ। ਇਹ ਸਾਡੀ ਦੁਕਾਨ ਤੋਂ ਜਿੱਤਣ ਵਾਲੇ 24ਵੇਂ ਕਰੋੜਪਤੀ ਹੈ। ਇਦੋਂ ਪਹਿਲਾਂ ਅਸੀਂ 23 ਲੋਕਾਂ ਨੂੰ ਹੋਰ ਕਰੋੜਪਤੀ ਬਣਾ ਚੁੱਕੇ ਹਾਂ। ਜਦੋਂ ਲਾਟਰੀ ਵਿਕਰੇਤਾ ਰੋਸ਼ਨ ਸਿੰਘ ਦੀ ਦੁਕਾਨ ਤੇ ਆਏ ਤੇ ਪਹਿਲਾਂ ਇਨਾਮ ਲੱਗਣ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਰੋਸ਼ਨ ਸਿੰਘ ਨੇ ਇਸ ਬਾਰੇ ਕਿਵੇਂ ਆਪਣੀ ਖੁਸ਼ੀ ਸਾਂਝੀ ਕੀਤੀ, ਸੁਣੋ ਜ਼ਰਾ। ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਕਿ ਸਾਨੂੰ ਟਿਕਟ ਦਾ ਨਾਮ ਲਿਖ ਰਿਹਾ। ਕੱਪੜੇ ਦਾ ਕੰਮ ਕਰਦੇ, ਦੁਕਾਨ ਹੈ ਛੋਟੀ ਕੋਟਲੀ ਬਾਜ਼ਾਰ ਦੇ ਵਿੱਚ, ਮਹਿਰਾਜ ਦੇ ਵਿੱਚ। ਅੱਛਾ। ਫੋਨ ਮੈਨੂੰ ਕੱਲ੍ਹ 6:45 ਆਇਆ ਜੀ। ਉਹ ਕਹਿੰਦੇ ਜੀ ਤੁਹਾਡਾ ਕੋਈ ਨਾਮ ਲੱਗਿਆ ਜੀ, ਮੈਂ ਤਾਂ ਦਹੇੜੀ ਸਮਝਦਾ ਸੀ, ਮੈਂ ਕਿਹਾ ਕਿਤੇ ਯਾਰ ਮਿੱਤਰ ਨੇ ਕਰਤਾ ਹੋਣਾ ਫੋਨ ਜੀ। ਹਾਂ ਨਹੀਂ, ਉਹ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਡਿਟੇਲ ਨਾਲ ਦੱਸਿਆ ਜਦੋਂ ਸਾਨੂੰ, ਅਤੇ ਫਿਰ ਅਸੀਂ ਯਕੀਨ ਮੰਨ ਲਿਆ ਇਹਨਾਂ ਦਾ। ਕਿੰਨੀ ਕਿੰਨੀ ਖੁਸ਼ੀ ਹੋਈ ਉਹ? ਖੁਸ਼ੀ ਤਾਂ ਬਹੁਤ ਹੋਈ ਹੈ ਜੀ। ਗਰੀਬਾਂ ਵੀ ਕੱਟੀਆਂ, ਭੁੱਖਾਂ ਤੀਹਾਂ ਵੀ ਕੱਟੀਆਂ, ਬੱਚਿਆਂ ਦਾ ਸਾਰਾ ਵੀ ਦੇਖਣਾ ਪੈਂਦਾ ਗਾ ਵੀ ਬੱਚੇ ਵੀ ਪੈਸਾ ਮੈਨੂੰ ਤਾਂ ਨਹੀਂ ਗਏ, ਕਿਰਾਇਆ ਹੈਗਾ ਕਿ ਨਾ ਹੈਗਾ, ਵੀ ਸਾਰਾ ਕੁਛ ਦੇਖਦੇ ਸੀ ਅਸੀਂ ਵੀ ਆਪਦੇ ਘਰੇ। ਅਸੀਂ ਚੁੱਲ੍ਹੇ ਦੇ ਘੱਟ ਚੀਜ਼ ਲਿਆਉਂਦੇ ਸੀ, ਇਹਨਾਂ ਨੂੰ ਕਿਰਾਇਆ ਦਿੰਦੇ ਸੀ ਜੀ ਅਸੀਂ, ਵੀ ਚਾਹੇ ਇਹ ਨਾ ਤੰਗੀ ਕੱਟਣ ਦੀ, ਅਸੀਂ ਆਪਦੀ ਚੁੱਲ੍ਹੇ ਦੀ ਚੀਜ਼ ਘੱਟ ਲਿਆਉਂਦੇ ਸੀ। ਇੰਨੀਆਂ ਤੰਗੀਆਂ ਕੱਟ ਕੇ ਅਸੀਂ ਪੜ੍ਹਾਏ ਆ ਜੀ, ਗਰੀਬ ਪਰਿਵਾਰ ਆ ਅਸੀਂ, ਤੇ ਹੁਣ ਵਾਹਿਗੁਰੂ ਕਿਰਪਾ ਹੋਈ, ਹੁਣ ਮਾਲਕ ਦੀ ਬਹੁਤ ਅਸੀਂ ਖੁਸ਼ੀ ਮਨਾਉਂਦੇ ਆ ਜੀ। ਨਾਭੇ ਤੋਂ ਜਗਸੀਰ ਭੁੱਲਰ ਦੀ ਰਿਪੋਰਟ।